ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਦੇਸ਼ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰੇ ਭਾਰਤ ਦੇਸ਼ ਵਿੱਚ ਹਾਈ ਅਲਰਟ ਕੀਤਾ ਗਿਆ, ਉੱਥੇ ਸੁਰੱਖਿਆ ਨੂੰ ਲੈ ਕੇ ਪੁਲਿਸ ਵੱਲੋਂ ਫਗਵਾੜਾ ਦੇ ਸਿਨੇਮਾ ਘਰਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਅਭਿਆਨ ਵਿੱਚ ਕਪੂਰਥਲਾ ਦੀ ਐਂਟੀ ਸਾਵੋ ਟੀਮ ਨੇ ਬੰਬ ਰੋਧਕ ਦਸਤਿਆਂ ਨਾਲ ਚੈਕਿੰਗ ਕੀਤੀ। ਫਗਵਾੜਾ ਪੁਲਿਸ ਦੇ ਅਧਿਕਾਰੀ ਇੰਸਪੈਕਟਰ ਹੰਸਰਾਜ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਅਗਵਾਈ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਫਗਵਾੜਾ ਸ਼ਹਿਰ ਵਿੱਚ ਕੋਈ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਉਹ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ 'ਤੇ ਦੇਣ। ਮਾਣਯੋਗ SSP ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਮਾਣਯੋਗ SP ਸਾਹਿਬ ਫਗਵਾੜਾ ਦੀ ਰਹਿਨਮਾਈ ਹੇਠ ਅੱਜ ਕਪੂਰਥਲੇ ਤੋਂ ਐਂਟੀ ਸੈਬੋਟੀ ਚੈਕਿੰਗ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਫਗਵਾੜਾ ਪਹੁੰਚੀ ਆ, ਜਿਨ੍ਹਾਂ ਨੂੰ ਨਾਲ ਲੈ ਕੇ ਫਗਵਾੜਾ ਦੇ ਵਿੱਚ ਪੈਂਦੇ 2 ਸਿਨੇਮਾ ਘਰਾਂ ਦੀ ਚੈਕਿੰਗ ਕੀਤੀ ਗਈ ਆ ਅਤੇ ਸ਼ੱਕੀ ਅੰਸਰਾਂ ਦੀ ਚੈਕਿੰਗ ਕੀਤੀ ਗਈ ਆ। ਇਹਨਾਂ ਦੇ ਐਂਟੀ ਸਬੋਟੀ ਟੀਮ ਦੇ ਨਾਲ ਚੈਕਿੰਗ ਸਾਰੀ ਕੀਤੀ ਗਈ ਆ, ਜੋ ਮਾਣਯੋਗ ਅਫਸਰਾਂ ਦੇ ਹੁਕਮਾਂ ਦੀ ਪਾਲਣਾ ਕੀਤੀ। ਕੋਈ ਕਦੋਂ ਇੱਦਾਂ ਲਵਾਰਸ ਚੀਜ਼ ਮਿਲੀ ਜੀ? ਫਿਲਹਾਲ ਚੈਕਿੰਗ ਦੌਰਾਨ ਕੋਈ ਵੀ ਲਵਾਰਸ ਚੀਜ਼ ਨਹੀਂ ਮਿਲੀ ਅਤੇ ਇੱਦਾਂ ਦਾ ਕੋਈ ਇਤਰਾਜ਼ਯੋਗ ਨਹੀਂ ਚੀਜ਼। ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਜੀ? ਲੋਕਾਂ ਨੂੰ ਸੰਦੇਸ਼ ਇਹ ਆ ਜੀ ਵੀ ਜੋ ਅੱਜ ਕੱਲ੍ਹ ਹਾਲਾਤ ਚੱਲ ਰਹੇ ਆ, ਜੇ ਕੋਈ ਕਿਸੇ ਵੀ ਪਬਲਿਕ ਮੈਨ ਨੂੰ ਕੋਈ ਮਾੜੀ ਕੋਈ ਚੀਜ਼ ਵਸਤੂ ਪਈ ਅਵਾਰਾ ਮਿਲਦੀ ਆ ਜਾਂ ਜਿੱਥੇ ਸ਼ੱਕ ਆ ਵੀ ਇਹਦੇ ਵਿੱਚ ਕੋਈ ਚੀਜ਼ ਐਕਸਪਲੋਜਿਵ ਵਗੈਰਾ ਹੋ ਸਕਦੀ ਆ, ਉਹਦੀ ਸੂਚਨਾ ਸਾਡਾ ਕੰਟਰੋਲ ਨੰਬਰ ਆ 9800 99 150 10 200 ਪਲੱਸ 8 ਪੁਲਿਸ ਸਟੇਸ਼ਨਾਂ ਦੇ ਨੰਬਰ ਹੈਗੇ ਆ, ਉਹਨਾਂ 'ਤੇ ਸਾਨੂੰ ਸੂਚਨਾ ਦੇ ਸਕਦੇ ਆ ਅਤੇ ਪੁਲਿਸ ਜਿਹੜੀ ਤੁਰੰਤ ਕਾਰਵਾਈ ਕਰਦੀ ਹੈ। ਫਗਵਾੜਾ ਤੋਂ ਮਨੀਸ਼ ਚੱਡਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।